हाँ जी दोस्तों, अज आप घोड़ियां दे शकीना वास्ते स्पैशल एक वीडियो लेके आए हैं जी। जिहड़े घोड़ियां दे शकीन आ ते इस घोड़े नूं जिन्हां ने देखिया होगा उन्हां ने पछाण ही लिया होगा भी ये घोड़ा किहड़े पिंड दा हैगा वा। ते तुहाडी जानकारी लई मैं बाकी दस भी दिंदा, श्री मुक्तसर साहब दे एक पिंड दा घोड़ा वा। बाकी आपां गल्लां बातां बाई जी उन्हां नाल वी करदे आं, तुहानूं पूरी इहदी डिटेल भी देवांगे, किन्ने दा खरीदिया, किवें इहनां नूं पालिया गया इस घोड़े नूं। ਅਤੇ ਨਾਲ ਹੀ ਇੱਕ ਨਾ ਤੁਹਾਨੂੰ ਘੋੜੀ ਦਿਖਾਉਣੀ ਆ ਜੀ। ਇਸੇ ਵੀਡੀਓ ਦੇ ਵਿੱਚ ਵੇਖਣ ਵਾਲੀ ਚੀਜ਼ ਆ ਜੀ, ਉਹ ਵੀ ਘੋੜਿਆਂ ਤੋਂ ਵੱਡਾ ਕੱਦ ਆ ਉਹਦਾ, ਅਤੇ ਬਾਹਰਲੀ ਸਟੇਟ ਤੋਂ ਆਈ ਆ, ਅਤੇ ਘੋੜੀ ਜਿਹੜੀ ਆ ਉਹਦੇ ਚਰਚੇ ਹੈਗੇ ਆ ਚੈਨਲਾਂ 'ਤੇ ਬਹੁਤ ਹੋਈ ਪਏ। ਅਤੇ ਦੇਖੋਗੇ ਉਸ ਘੋੜੀ ਦਾ ਵੀ ਸਵਾਦ ਲਿਓ, ਦੇਖਿਓ ਵੀ ਉਹ ਘੋੜੀ ਕਿੰਨੀ ਵਧੀਆ ਵਾ। ਅਤੇ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ, ਅਤੇ ਆਪਾਂ ਬਾਈ ਤੋਂ ਲੈਂਦੇ ਹਾਂ ਜਾਣਕਾਰੀ। ਹਾਂਜੀ ਦੋਸਤੋ, ਅੱਜ ਆਪਾਂ ਆਏ ਹਾਂ ਜੀ ਪਿੰਡ ਤਰਖਾਣ ਵਾਲਾ। ਘੋੜਿਆਂ ਦੇ ਸ਼ਕੀਨਾਂ ਲਈ ਆਪਾਂ ਵੀਡੀਓ ਲੈ ਕੇ ਆਏ ਹਾਂ, ਅਤੇ ਇੱਕ ਬਹੁਤ ਹੀ ਸੁੰਦਰ ਘੋੜਾ ਬੇਤਾਬ ਪਿੰਡ ਤਰਖਾਣ ਵਾਲਾ ਸ੍ਰੀ ਮੁਕਤਸਰ ਸਾਹਿਬ। ਅਤੇ ਅੰਕਲ ਜੀ ਅੱਜ ਆਪਾਂ ਨੂੰ ਮਿਲੇ ਨਹੀਂ, ਸਰਦਾਰ ਜਸਪਾਲ ਸਿੰਘ ਜੀ ਅਤੇ ਉਹਨਾਂ ਦੇ ਸਪੁੱਤਰ ਜੀ ਆ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਬਹੁਤ ਵਧੀਆ ਜੀ ਬਾਈ, ਆਪਣਾ ਨਾਮ ਦੱਸ ਦਿਓ ਜੀ। ਜਤਿੰਦਰਪਾਲ ਸਿੰਘ ਜੀ। ਅੱਛਾ ਜੀ, ਅਤੇ ਅੱਜ ਅੰਕਲ ਜੀ ਦਾ ਮਿਲੇ ਨਹੀਂ, ਆਪਾਂ ਉਹਨਾਂ ਲਈ ਸਪੈਸ਼ਲ ਆਏ ਸੀਗੇ ਅਤੇ ਆਪਣੇ ਘੋੜੇ ਵਾਸਤੇ। ਅਤੇ ਇਹ ਕਿਹੜੀ ਬਲੱਡ ਲਾਈਨ 'ਚੋਂ ਆ ਜੀ ਇਹ ਘੋੜਾ? ਇਹ ਬਾਈ ਜੀ ਸਾਲੀ ਵਾਲੀ ਬਲੱਡ ਲਾਈਨ 'ਚੋਂ ਆ ਜੀ। ਅਰਜਨ ਰੌਲੀ ਵਾਲੇ ਦਾ ਇਹ ਪੁੱਤ ਹੋ ਗਿਆ ਜੀ। ਹਾਂਜੀ। ਅਤੇ ਸਾਲੀ ਵਾਲ ਦਾ ਪੋਤਾ ਹੋ ਗਿਆ ਜੀ। ਠੀਕ ਹੈ ਜੀ। ਹਾਂਜੀ। ਅਤੇ ਇਸ ਘੋੜੇ ਦਾ ਕਿੰਨਾ ਕੱਦ ਹੈਗਾ ਜੀ, ਕਿੰਨੀ ਹਾਈਟ ਹੈ? ਬਾਈ ਜੀ 67 ਪਲੱਸ ਹੈ ਜੀ, ਇਹ 67 ਪਲੱਸ ਹੈ ਜੀ। ਅੱਛਾ ਜੀ। ਹਾਂਜੀ। ਅਤੇ ਕਿੰਨੀ ਉਮਰ ਦਾ ਜੀ ਇਹ? ਇਹ ਉਮਰ ਬਾਈ ਜੀ 41 ਮਹੀਨਿਆਂ ਦਾ ਹੋ ਗਿਆ ਜੀ। ਸਹੀ। ਅੱਛਾ ਜੀ। ਹਾਂਜੀ, 3 ਸਾਲ 5 ਮਹੀਨਿਆਂ ਦਾ ਹੋ ਗਿਆ ਜੀ। ਠੀਕ ਹੈ ਜੀ। ਅਤੇ ਆਪਾਂ ਨੂੰ ਇਹ ਸ਼ੌਂਕ ਕਦੋਂ ਕਦਾ ਜੀ, ਇਸ ਲਾਈਨ 'ਚ ਕਦੋਂ ਕਦੇ ਆਏ ਹੋ ਜੀ? ਬਾਈ ਜੀ ਇਹ ਜਿਹੜਾ ਸ਼ੌਂਕ ਹੈ ਆਪਾਂ ਨੂੰ, ਪਹਿਲਾਂ ਸਾਡੇ ਸਰਦਾਰ ਜਗਰਾਜ ਸਿੰਘ ਦਾਦਾ ਜੀ ਮੇਰੇ ਜੀ, ਹੈ ਨਾ ਜੀ, ਉਹਨਾਂ ਨੂੰ ਪਹਿਲਾਂ ਸਵਾਰੀ ਦਾ ਸ਼ੌਂਕ ਹੁੰਦਾ ਸੀ, ਉਹ ਸ਼ੌਂਕ ਰੱਖਦੇ ਸੀ ਘੋੜਿਆਂ 'ਤੇ ਚੜ੍ਹਨ ਦਾ ਜੀ। ਅੱਛਾ ਜੀ। ਅਤੇ ਫਿਰ ਉਹਨਾਂ ਦੀ 96 'ਚ ਐਕਸਪਾਇਰ ਹੋ ਗਏ, ਉਸ ਤੋਂ ਬਾਅਦ ਸ਼ੌਂਕ ਜਿਵੇਂ ਪੀੜ੍ਹੀ ਦਰ ਪੀੜ੍ਹੀ ਚੱਲਦਾ ਜੀ, ਉਹੀ ਗੱਲ ਆਪਾਂ ਕਹਿ ਸਕਦੇ ਹਾਂ ਇੱਥੇ। ਹਾਂਜੀ। ਕਿ ਫਿਰ ਉਸ ਤੋਂ ਬਾਅਦ ਡੈਡੀ ਨੂੰ ਸ਼ੌਂਕ ਹੋਇਆ ਵੀ ਚਲੋ ਪਸ਼ੂਆਂ ਆਪਾਂ ਫਿਰ ਉਵੇਂ ਚੱਲਦਾ ਰਿਹਾ ਜੀ ਸਿਸਟਮ, ਫਿਰ ਥੋੜ੍ਹਾ ਵੇਚਣ ਵਾਲੇ ਪਾਸੇ, ਵੇਚਣ ਖਰੀਦਣ ਵਾਲੇ ਪਾਸੇ ਚੱਲ ਪਏ ਜੀ। ਅੱਛਾ ਜੀ। ਫਿਰ ਉਵੇਂ ਉਹਨਾਂ ਦੇ ਮਗਰ ਅਸੀਂ ਚੱਲ ਪਏ ਜੀ, ਮੈਂ ਮੇਰਾ ਛੋਟਾ ਬ੍ਰਦਰ ਜੀ ਨਿੱਪੀ, ਉਹਨੂੰ ਜ਼ਿਆਦਾ ਸ਼ੌਂਕ ਹੈ ਜੀ ਮੇਰੇ ਤੋਂ ਵੀ। ਅੱਛਾ ਜੀ। ਅਤੇ ਉਹੀ ਜ਼ਿਆਦਾ ਇਹਦੇ 'ਚ ਧਿਆਨ ਦਿੰਦਾ, ਉਹ ਡੈਡੀ 'ਤੇ ਉਹੀ ਦਿੰਦੇ ਆ ਜੀ। ਠੀਕ ਹੈ ਜੀ। ਹਾਂਜੀ। ਅਤੇ ਇਹ ਜਿਹੜਾ ਤੁਸੀਂ ਬੱਚਾ ਆਪਣਾ ਆਪਣਾ ਘਰਦਾ ਜਾਂ ਲਿਆ ਹੋਇਆ ਸੀ? ਨਹੀਂ ਬਾਈ ਜੀ, ਇਹ ਆਪਣਾ ਲੋਹੜੀ ਵੇਲੇ ਲਿਆ ਸੀ ਜੀ, ਉਦੋਂ 7 ਮਹੀਨਿਆਂ ਦਾ ਸੀਗਾ ਜੀ। ਅੱਛਾ ਜੀ। ਮੁਕਤਸਰ ਤੋਂ ਜੀ। ਅੱਛਾ ਜੀ। ਇਹਨੂੰ ਹੋ ਗਏ ਜੀ ਆਪਣੇ ਉਦੋਂ ਤਕਰੀਬਨ ਲੋਹੜੀ ਦੇਖ ਲਓ, 3 ਸਾਲ ਪੁਰਾਣੀ ਗੱਲ ਆ ਜੀ। ਹਾਂਜੀ। ਅਤੇ ਕਿੰਨੀ ਕੀਮਤ 'ਚ ਉਦੋਂ ਖਰੀਦਿਆ ਸੀ? ਉਦੋਂ ਬਾਈ ਜੀ ਆਪਾਂ 3,25,000 ਦਾ ਖਰੀਦਿਆ ਸੀ ਜੀ। 7 ਮਹੀਨਿਆਂ ਦਾ। 7 ਮਹੀਨਿਆਂ ਦਾ ਤੁਸੀਂ ਇੰਨੇ ਪੈਸੇ ਲਗਾ ਦਿੱਤੇ ਸੀਗੇ, ਕਿ ਕੀ ਦੇਖਿਆ ਇਹਦੇ ਵਿੱਚ ਖਾਸ ਤੁਸੀਂ ਜੀ? ਬਸ ਬਾਈ ਜੀ ਫਿਰ ਇਹ ਚੀਜ਼ ਦਾ ਤਾਂ ਡੈਡੀ ਨੂੰ ਪਤਾ ਸੀਗਾ। ਅੱਛਾ। ਅਤੇ ਕਿਉਂਕਿ ਉਹਨਾਂ ਨੇ ਜਿਵੇਂ ਕਿਹਾ ਹੈ ਨਾ ਜੀ ਵੀ ਚੰਗਾ ਲੱਗਿਆ। ਹਾਂਜੀ। ਅਤੇ ਖਰੀਦਿਆ ਜੀ, ਪਤਾ ਹੋਣਾ ਜੀ ਉਦੋਂ। ਹਾਂਜੀ ਹਾਂਜੀ ਹਾਂਜੀ। ਅਤੇ ਤੁਹਾਨੂੰ ਐਕਸਪੀਰੀਅੰਸ ਕਿੰਨਾ ਕੁ ਹੁਣ ਜੀ ਇਸ? ਬਸ ਵਧੀਆ ਬਾਈ, ਆਪਾਂ ਨੂੰ ਵਧੀਆ ਵੀ ਜਿਵੇਂ ਜਿੱਥੇ ਜਾਂਦੇ ਹਾਂ ਜੀ ਨਾਲ ਜਾਂਦੇ ਹਾਂ। ਹਾਂਜੀ। ਠੀਕ ਹੈ, ਜਾਂ ਮੈਂ ਜਾਂਦਾ ਜਾਂ ਛੋਟਾ ਬ੍ਰਦਰ ਜਾਂਦਾ ਜੀ। ਹਾਂਜੀ। ਅਤੇ ਬਸ ਉਵੇਂ ਹੁਣ ਪਤਾ ਲੱਗਦਾ ਜੀ ਆਪਾਂ ਨੂੰ ਵੀ ਵਧੀਆ, ਜਿਵੇਂ ਜਿਹੜਾ ਪਸ਼ੂ ਚੰਗਾ ਜੀ ਉਹਦਾ ਆਪਾਂ ਨੂੰ ਵੀ ਪਤਾ ਲੱਗਦਾ ਹੁਣ। ਹਾਂਜੀ। ਭੌਰੀਆਂ ਪੂਰੀਆਂ ਦੰਦ ਸਭ ਉਹਦੇ ਹੈਗਾ ਜੀ, ਨੌਲੇਜ ਹੈਗੀ ਆ। ਠੀਕ ਹੈ ਜੀ, ਠੀਕ ਹੈ। ਹਾਂਜੀ। ਤੇ ਜਿਵੇਂ ਹੁਣ ਕਾਫੀ ਵੀਰ ਇਸ ਬਿਜ਼ਨਸ 'ਚ ਆ ਰਹੇ ਆ, ਇਹਨੂੰ ਇੱਕ ਬਿਜ਼ਨਸ ਦੇ ਤੌਰ ਤੇ ਰੱਖਣਾ ਚਾਹੀਦਾ ਜਾਂ ਇੱਕ ਸ਼ੌਂਕ ਦੇ ਤੌਰ ਤੇ, ਜਾਂ ਕਿਹੜੇ ਹਿਸਾਬ ਨਾਲ ਇਸ ਨੂੰ ਚਲਾਉਣਾ ਚਾਹੀਦਾ ਜੀ? ਇਹ ਦੋਵੇਂ ਚੀਜ਼ਾਂ ਹੀ ਵਧੀਆ ਨੇ, ਹੈ ਨਾ? ਜੇ ਆਪਾਂ ਧਿਆਨ ਦੇਵਾਂਗੇ ਇਹਨਾਂ ਤੇ, ਡਿਊਟੀ ਦੇਵਾਂਗੇ, ਤਾਂ ਇਹ ਬਹੁਤ ਵਧੀਆ ਬਿਜ਼ਨਸ ਹੈ ਜੀ, ਆਪਦਾ ਸਭ ਤੋਂ ਵਧੀਆ ਧੰਦਾ ਹੈ ਜੀ। ਠੀਕ ਹੈ ਜੀ। ਤੇ ਜੇ ਆਪਾਂ ਇਹਦੇ 'ਚ ਦੇਖੋ ਵੀ ਇੰਟਰਟੇਨਮੈਂਟ ਵੀ ਵਧੀਆ, ਮੇਲੇ ਕਿੱਡੇ ਕਿੱਡੇ ਚੰਗੇ ਹੋਣ ਲੱਗ ਪਏ ਜੀ, ਮੁਕਤਸਰ ਮੇਲਾ ਜੀ, ਪੁਸ਼ਕਰ ਹੋ ਗਿਆ ਜੀ, ਬਲੋਤਰਾ ਹੋ ਗਿਆ। ਹਾਂਜੀ। ਤੇ ਇੰਟਰਟੇਨਮੈਂਟ ਬਹੁਤ ਵਧੀਆ ਜੀ ਆਪਣਾ, ਤੇ ਵਧੀਆ। ਵੈਸੇ ਆਪਾਂ ਨੂੰ ਹਰੇਕ ਬੰਦੇ ਨੂੰ ਇੱਕ ਅੱਧਾ ਪਸ਼ੂ ਰੱਖਣਾ ਚਾਹੀਦਾ ਜੀ। ਤੇ ਇਹਨੂੰ ਤੁਸੀਂ ਮੇਲਿਆਂ 'ਚ ਲੈ ਕੇ ਜਾਂਦੇ ਹੋ ਕਿਤੇ ਜਾਂ ਨਹੀਂ? ਹਾਂਜੀ, ਮੇਲਿਆਂ 'ਤੇ ਤਕਰੀਬਨ ਸਾਰੇ, ਹੁਣ ਤਾਂ ਦੇਖੋ ਚੱਲੀ ਜਾਂਦਾ ਜੀ ਕਰੋਨਾ ਕਰਕੇ। ਹਾਂਜੀ। ਅਤੇ ਇਦੋਂ ਪਹਿਲਾਂ ਆਪਾਂ ਮੁਕਤਸਰ ਜੀ, ਜਗਰਾਓਂ ਅਤੇ ਗੰਗਾਨਗਰ ਜੀ, ਹਨੂੰਮਾਨਗੜ੍ਹ, ਇਹ ਸਾਰੇ ਮੇਲਿਆਂ 'ਤੇ ਲੈ ਕੇ ਜਾਂਦੇ ਰਹੇ। ਤੁਸੀਂ ਸ਼ੋਅ ਵਜੋਂ ਲੈ ਕੇ ਜਾਂਦੇ ਜਾਂ ਕੋਈ ਇਨਾਮ ਦੇ ਵਿੱਚ ਹੀ ਪਾਉਂਦੇ? ਨਹੀਂ ਨਹੀਂ ਜੀ, ਆਪਾਂ ਕੋਈ ਪਾਰਟੀਸਪੇਟ ਨਹੀਂ ਕਰਦੇ ਗੇ, ਜੇ ਕੋਈ ਵੀ ਸਰਕਾਰੀ ਸ਼ੋਅ ਹੋਊਗਾ ਜੀ ਕਿਤੇ ਵੀ, ਤਾਂ ਆਪਾਂ ਉਹਦੇ 'ਚ ਪਾਰਟੀਸਪੇਟ ਕਰਾਂਗੇ। ਪਰ ਉਦਾਂ ਪ੍ਰਾਈਵੇਟ ਸ਼ੋਅ 'ਚ ਆਪਾਂ ਕੋਈ ਪਾਰਟੀਸਪੇਟ ਨਹੀਂ ਕਰਦੇ, ਪ੍ਰਾਈਵੇਟ 'ਚ ਅਜੇ ਤੱਕ ਨਹੀਂ ਕੀਤਾ, ਨਹੀਂ ਕਰਨਾ ਵੀ ਨਹੀਂ ਗਾ। ਅੱਛਾ ਜੀ। ਉੱਥੇ ਜਦੋਂ ਮੇਲੇ 'ਚ ਲਿਜਾਣੇ ਆ, ਇੱਕ ਸਿਰਫ ਦਿਖਾਉਣ ਵਾਸਤੇ ਕਿ ਆਪਣੇ ਲਈ ਚੀਜ਼ ਹੈ? ਸਿਰਫ ਦਿਖਾਉਣ ਖਾਤਰ ਜੀ। ਅੱਛਾ ਜੀ। ਹਾਂਜੀ। ਤੇ ਨਾਲ ਮੈਂ ਦੇਖ ਰਿਹਾ ਜਿਵੇਂ ਆਪਣੇ ਕੋਲੇ ਨੁਕਰੀਆਂ ਘੋੜੀਆਂ ਕਾਫੀ ਖੜੀਆਂ, ਹਨਾ? ਤੇ ਤੁਹਾਨੂੰ ਨੁਕਰੀਆਂ ਦਾ ਹੀ ਸ਼ੌਂਕ ਜ਼ਿਆਦਾ ਜਾਂ? ਬਈ ਆਪਾਂ ਨੂੰ ਸ਼ੁਰੂ ਤੋਂ ਹੈ ਹੀ ਨੁਕਰੀਆਂ ਦਾ ਸ਼ੌਂਕ ਜੀ। ਅੱਛਾ ਜੀ। ਤੇ ਸ਼ੁਰੂ ਤੋਂ ਨੁਕਰੀਆਂ ਦਾ ਹੀ ਰੱਖਦੇ ਆ ਆਪਾਂ ਜੀ। ਹਾਂਜੀ। ਤੇ ਉਵੇਂ ਨੁਕਰੀਆਂ 'ਚ ਬਈ ਜੀ ਆਪਾਂ ਨੂੰ ਇੱਕ ਵਧੀਆ ਹੁੰਗਾਰਾ ਮਿਲਦਾ ਜੀ। ਠੀਕ ਹੈ ਜੀ। ਇਸੇ ਕਰਕੇ ਆਪਾਂ ਨੁਕਰੀਆਂ ਦਾ ਹੀ ਰੱਖਦੇ ਹਾਂ ਜੀ। ਠੀਕ ਹੈ ਜੀ। ਤੇ ਅੱਜ ਦਾ ਜਿਹੜੇ ਵੀ ਜੋ ਕਿਸਾਨ ਵੀਰ ਆ, ਕੋਈ ਸੋਚਦਾ ਕਿ ਮੈਂ ਘੋੜਿਆਂ ਦਾ ਬਿਜ਼ਨਸ ਕਰਨਾ ਜਾਂ ਘੋੜਾ ਰੱਖਣਾ ਚਾਹੁੰਦਾ ਜਾਂ ਇੱਕ ਵਛੇਰਾ ਜਾਂ ਵਛੇਰੀ ਰੱਖਣਾ ਚਾਹੁੰਦਾ, ਤੁਹਾਨੂੂੰ ਕੀ ਲੱਗਦਾ ਕਿਹੜਾ ਨੁਕਰਾ ਵਧੀਆ ਜਾਂ ਮਾਰਵਾੜੀ ਜਾਂ ਕੋਈ ਹੋਰ ਨਸਲ ਤੁਹਾਨੂੰ ਕਿਹੜੀ ਵਧੀਆ ਲੱਗਦੀ ਹੈ? ਬਾਈ ਜੀ ਹਰੇਕ ਬੰਦੇ ਦਾ ਵੈਸੇ ਤਾਂ ਆਪਦਾ
पर जेड़ा आपां देखिए भी नुकरा एक छेती वेखदा है जी पंजाब चों हर पासे नुकरा बाहर जांदा है बिल्कुल जी जेड़ा काला जी वह पंजाब चों पंजाब च हरेक पासे आउंदा है जी गुजरात चों राजस्थान चों जी इहदी नुकरे दा वैसे बाहर विक्री बहुत ज्यादा है जिवें दिल्ली हो गए जी बॉम्बे महाराष्ट्र ये चीज़ा च बहुत ज्यादा छेती वेखदा है जी क्योंकि बरातों का काम है भाई जी नुकरियां दा उहदे च काले ਘੋੜੇ ਆ ਜਿਹੜੇ ਉਹਨਾਂ ਨੂੰ ਘੱਟ ਲੈਂਦੇ ਆ ਜੀ ਹਨਾ ਵੈਸੇ ਤਾਂ ਲੈਂਦੇ ਨੀਗੇ ਹਾਂਜੀ ਇਸੇ ਕਰਕੇ ਬਾਈ ਇਹਦਾ ਵਿਕਣ ਦਾ ਬਹੁਤ ਜ਼ਿਆਦਾ ਵਧੀਆ ਸਿਸਟਮ ਹੈ ਨੁਕਰਿਆਂ ਦਾ ਇਸੇ ਕਰਕੇ ਆਪਾਂ ਤਾਂ ਥੋੜ੍ਹੀ ਇਹਨਾਂ ਨੂੰ ਪਹਿਲ ਦਿੰਦੇ ਹਾਂ ਜੀ ਨੁਕਰਿਆਂ ਨੂੰ ਬਾਕੀ ਜਿਹੜੇ ਬਾਈ ਕਾਲੇ ਰੱਖਦੇ ਆ ਉਹ ਹਰੇਕ ਬੰਦੇ ਦਾ ਆਪਦੀ ਸੋਚ ਹੈ ਅਤੇ ਆਪਦਾ ਆਪਦਾ ਸ਼ੌਂਕ ਹੈ ਜੀ ਬਿਲਕੁਲ ਜੀ ਇਹ ਜਿਹੜੀਆਂ ਘੋੜੀਆਂ ਸਾਰੀਆਂ ਆਪਣੀਆਂ ਘਰ ਦੀਆਂ ਜਾਂ ਇਹਨਾਂ ਇਹ ਬਾਈ ਆਪਾਂ ਵੈਸੇ ਜਿਹੜੀ ਆਹ ਘੋੜੀ ਹੈ ਜੀ ਇਹ ਪੁਰਾਣੀ ਇਹ ਆਪਾਂ ਰੱਖੀ ਹੋਈ ਹੈ ਜੀ ਅੱਛਾ ਜੀ ਇਹ ਜਿਹੜੀ ਘੋੜੀ ਆਪਾਂ ਇਹ 5 ਮਹੀਨਿਆਂ ਦੀ ਵਿਸ਼ੇਰੀ ਲਈ ਸੀ ਹਾਂਜੀ ਅਤੇ ਇਹ ਆਪ ਹੈਗੀ ਆ ਜਤਿੰਦਰ ਵਾਲੇ ਘੋੜੇ ਦੀ ਬਾਕਰਪੁਰ ਘੋੜਾ ਜੀ ਬਾਕਰਪੁਰ ਉਸ ਘੋੜੇ ਦੀ ਹੈਗੀ ਆ ਜੀ ਬੱਚੀ ਇਹ ਅੱਛਾ ਜੀ ਅਤੇ ਬੇਗਾਂ ਵਾਲੀ ਤੋਂ ਸਰਪੰਚ ਹੈ ਜੀ ਬਿੱਲੂ ਜੀ ਬਹੁਤ ਵੱਡੀ ਘੋੜੀ ਆ ਉਹਨਾਂ ਦੀ ਉਸ ਦੀ ਇਹ ਬੱਚੀ ਆ ਜੀ ਠੀਕ ਹੈ ਜੀ ਅਤੇ ਕਿੰਨੇ ਸੂਏ ਸੂਈ ਹੈ ਹੁਣ ਤੱਕ ਇਹ ਬਾਈ ਜੀ ਵੈਸੇ ਹੋ ਗਈ ਜੀ ਇਹ 4 ਸਾਲ ਦੀ ਹੁਣ ਪ੍ਰੈਗਨੈਂਟ ਕਰਾਈ ਹੈ ਜੀ ਇਹ ਅੱਛਾ ਜੀ ਹੁਣ ਪਹਿਲੀ ਵਾਰ ਕਰਵਾਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਆਪਾਂ ਕੋਈ ਬੱਚੇ ਵੀ ਸੇਲ ਕਰਦੇ ਹਾਂ ਜਾਂ ਨਹੀਂ ਬੱਚੇ ਬਾਈ ਜੀ ਇੱਕ ਆ ਬੱਚੀ ਹੈ ਜੀ ਇਹ 19 ਮਹੀਨਿਆਂ ਦੀ ਹਜੇ ਤੱਕ ਹੋਈ ਹੈ ਜੀ ਇਹ ਵੀ ਘਰੇ ਰੱਖੀ ਹੋਈ ਹੈ ਜੀ ਅੱਛਾ ਜੀ ਅਤੇ ਬਾਕੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜੀ ਇਹ ਦੋ ਪੱਕੇ ਜੀ ਅਤੇ ਇੱਕ ਘੋੜਾ ਇਹ ਤਿੰਨੇ ਪੱਕੇ ਰੱਖੇ ਹੋਏ ਆ ਜੀ ਠੀਕ ਹੈ ਜੀ ਵੱਡਾ ਘੋੜਾ ਜਿਹੜਾ ਹੈਗਾ ਬੇਤਾਬ ਜੀ ਹਾਂਜੀ ਅਤੇ ਬਾਕੀ ਪਸ਼ੂ ਹੈਗੇ ਆ ਜੀ ਹੋਰ ਕੁਛ ਲੈ ਲਈਦੇ ਆ ਕੁਛ ਵੇਚ ਲਈਦੇ ਆ ਜੀ ਜੋ ਜਿੱਦਾਂ ਲੱਗਦਾ ਚੰਗਾ ਹੈ ਨਾ ਜੀ ਵੀ ਲੋਕ ਜੋ ਡਿਮਾਂਡ ਹੁੰਦੀ ਹੈ ਜੀ ਉਵੇਂ ਹਾਂਜੀ ਹਾਂਜੀ ਵੱਡੀ ਘੋੜੀ ਹੈ ਜੀ ਇੱਕ ਜੀ ਆਪਾਂ ਯੂਟਿਊਬ 'ਤੇ ਕਾਫੀ ਵੀਡੀਓ ਦੇਖੀਆਂਗੇ ਤੁਹਾਡੇ ਕੋਲ ਇੱਕ ਪਦਮਾ ਨਾਮ ਦੀ ਘੋੜੀ ਹੈਗੀ ਹੈ ਜਿਹੜੀ ਇਹ ਹੈ ਜੀ ਇਹਦੇ ਬਾਰੇ ਇਹਦਾ ਇਤਿਹਾਸ ਦੱਸੋ ਹਾਂ ਬਾਈ ਜੀ ਆਹ ਘੋੜੀ ਪਦਮਾ ਹੀ ਹੈ ਜੀ ਅੱਛਾ ਜੀ ਅਤੇ ਇਹ ਬਾਈ ਹੁਣਾਂ ਨੇ ਆਪਣੇ ਕੋਲ ਭੇਜੀ ਹੈ ਜੀ ਇੰਦੌਰ ਤੋਂ ਜੀ ਅੱਛਾ ਜੀ ਇਹ ਬਹੁਤ ਬਾਈ ਜੀ ਉੱਥੋਂ ਦੀ ਬਹੁਤ ਮਸ਼ਹੂਰ ਘੋੜੀ ਹੈ ਬਾਕੀ ਘੋੜੀ ਵੀ ਘੋੜਿਆਂ ਜਿੱਡੀ ਹੈ ਦੇਖੋ ਕਿੰਨੀ ਹਾਈਟ ਹੈ ਜੀ ਇਹਦੀ ਬਹੁਤ ਵੱਡੀ ਘੋੜੀ ਹੈ ਜੀ ਹਾਂਜੀ ਹਾਈਟ ਕਿੰਨੀ ਹੈ ਇਸ ਦੀ ਜੀ ਇਹ ਘੋੜੀ ਦੀ ਹਾਈਟ ਹੋਊਗੀ ਜੀ 66 ਹੋਊਗੀ ਜੀ ਅੱਛਾ ਜੀ ਤੇ ਇਹ ਬਹੁਤ ਜ਼ਿਆਦਾ ਚੰਗੀ ਘੋੜੀ ਹੈ ਠੀਕ ਹੈ ਜੀ ਤੇ ਇਹ ਉਹਨਾਂ ਨੇ ਪਹਿਲਾਂ ਇੱਕ ਵਾਰੀ ਸੂਈ ਹੈ ਜੀ ਘੋੜੀ ਇਹ ਹੋਊਗੀ 6 ਸਾਲ ਦੀ ਹੋਗੀ ਜੀ ਅੱਛਾ ਜੀ ਇਹਨੇ ਇੱਕ ਵਾਰੀ ਬੱਚਾ ਦਿੱਤਾ ਹੈ ਤੇ ਇਹਨਾਂ ਨੇ ਇੰਨੀ ਦੂਰ ਤੋਂ ਭੇਜਿਆ ਦੇਖੋ 50,000 ਰੁਪਇਆ ਕਰਾਇਆ ਇੱਥੇ ਭੇਜਣ ਦਾ ਭਰਿਆ ਇਹਨਾਂ ਨੇ ਇਹਨੂੰ ਮੀਟਿੰਗ ਕਰਾਉਣ ਵਾਸਤੇ ਬੇਤਾਬ ਤੋਂ ਕ੍ਰਾਸ ਕਰਾਉਣੀ ਹੈ ਜੀ ਅੱਛਾ ਜੀ ਹਾਂ ਜੀ ਇੱਥੋਂ ਮੀਟ ਕਰਵਾ ਕੇ ਉਹਨਾਂ ਨੇ ਹੁਣ ਗੱਬਨ ਟੈਸਟ ਕਰਾ ਕੇ ਭੇਜਾਂਗੇ ਜੀ ਇਹਨੂੰ ਠੀਕ ਹੈ ਜੀ ਠੀਕ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਇੱਥੇ ਆਈ ਇਹਨੂੰ ਆਈ ਨੂੰ ਹੋ ਗਏ ਜੀ 25 ਦਿਨ ਹੋ ਗਏ ਜੀ ਅੱਛਾ ਜੀ ਮੀਟ ਕਰਵਾਈ ਹੋਈ ਹੈ ਵੈਸੇ ਗੱਬਨ ਟੈਸਟ ਹੈ ਥੋੜੇ ਦਿਨਾਂ ਬਾਅਦ ਇਹਨੂੰ ਭੇਜ ਦਾਂਗੇ ਜੀ ਠੀਕ ਹੈ ਜੀ ਠੀਕ ਆ ਇੰਨੀ ਵਾਰ ਤੋਂ ਸਪੈਸ਼ਲੀ ਇਸ ਕੰਮ ਲਈ ਭੇਜਿਆ ਕਿ ਬੇਤਾਬ ਤੋਂ ਹੀ ਇਹਨੂੰ ਮੀਟ ਕਰਵਾਉਣਾ ਹਾਂ ਜੀ ਬਾਈ ਜੀ ਹਾਂ ਜੀ ਤੇ ਬੇਤਾਬ ਦੇ ਯਾਨੀ ਕਿ ਚਰਚੇ ਬਾਹਰਲੀਆਂ ਸਟੇਟਾਂ ਤੱਕ ਬਹੁਤ ਜ਼ਿਆਦਾ ਹੈਗੇ ਆ ਹੈਨਾ ਜੀ ਕਿਰਪਾ ਮਾਲਕ ਦੇ ਬਿਲਕੁਲ ਜੀ ਬਿਲਕੁਲ ਤੇ ਬਾਕੀ ਤੁਸੀਂ ਬਹੁਤ ਸ਼ੌਂਕ ਨਾਲ ਪਾਲਿਆ ਹੋਇਆ ਜੀ ਤੇ ਇਹ ਜਿਹੜੀ ਘੋੜੀ ਹੈ ਜੀ ਇਹ ਵੀ ਇਹ ਬਾਈ ਜੀ ਇਹਦੀ ਉਮਰ ਹੋ ਗਈ 4 ਸਾਲ ਦੀ ਇਹ ਵੀ ਬੇਤਾਬ ਤੋਂ ਪ੍ਰੈਗਨੈਂਟ ਹੈ ਜੀ ਹਾਂਜੀ ਇਹ ਆਪਣੇ ਕੋਲੇ ਆਈ ਨੂੰ 1.5 ਮਹੀਨਾ ਹੋਇਆ ਜੀ ਹਲੇ ਤੱਕ ਅੱਛਾ ਜੀ ਹਾਂਜੀ ਇਹ ਆਪਾਂ ਸੇਲ ਪਰਚੇਜ਼ ਲਈ ਹੋਈ ਹੈ ਜੀ ਇਹ ਘੋੜੀ ਠੀਕ ਹੈ ਜੀ ਇਹ ਜੇ ਆਪਾਂ ਸੇਲ ਕਰਨੀ ਹੋਵੇ ਇਹਦੀ ਕੀ ਕੀਮਤ ਹੋਊਗੀ ਅੱਜ ਜੀ ਬਾਈ ਜੀ ਇਹਦੀ ਕੀਮਤ ਦਾ ਇਹ ਹੁੰਦਾ ਜੀ ਵੀ ਜਿਵੇਂ ਹੁਣ ਇਹੋ ਜਿਹੀ ਘੋੜੀ ਆਪਾਂ ਲੈਣ ਜਾਂਦੇ ਹਾਂ ਪ੍ਰੈਗਨੈਂਟ ਦੀ ਹੋਵੇ ਹਨਾ ਜੀ ਇਹ ਸਪੋਟਲੈਸ ਘੋੜੀ ਹੈ ਜਮਾਂ ਠੀਕ ਹੈ ਜੀ ਤੇ ਇਹਦੇ 'ਚ ਬਾਈ ਕਈਆਂ ਦੇ ਸਪੋਟ ਆ ਜਾਂਦੇ ਆ ਜੇ ਇਹਦੇ 'ਤੇ ਮੰਨ ਕੇ ਚੱਲੋ ਕਾਫੀ ਸਪੋਟ ਹੁੰਦੇ ਹਨਾ ਜੀ ਇਹ ਘੋੜੀ 2 ਲੱਖ ਦੀ ਸੀਗੀ ਹਾਂਜੀ ਪਰ ਹੁਣ ਇਹ ਵਧੀਆ ਇੱਕ ਸਾਫ਼ ਕੰਡੀਸ਼ਨ ਦੀ ਘੋੜੀ ਹੈ ਹਾਂਜੀ ਹੱਥਾਂ ਪੈਰਾਂ ਦੀ ਸਾਫ਼ ਹੈ ਜੀ ਜਮਾਂ ਸਪੋਟਲੈਸ ਹੈ ਪ੍ਰੈਗਨੈਂਟ ਹੈ ਜੀ ਇਹ ਘੋੜੀ 4 ਲੱਖ ਦੇ ਆਸ ਪਾਸ ਵਿਕਣਾ 4 ਲੱਖ ਹਾਂਜੀ ਠੀਕ ਹੈ ਜੀ ਤੇ ਜੇ ਕੋਈ ਵੀਰ ਆਪਾਂ ਨੇ ਇਹ ਤੋਂ ਖਰੀਦਣਾ ਚਾਹੁੰਦਾ ਹੋਵੇ ਤਾਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਬਹੁਤ ਵਧੀਆ ਜੀ ਤੁਹਾਡੇ ਜਾਨਵਰ ਦੇਖ ਕੇ ਤੇ ਤੁਹਾਡਾ ਸ਼ੌਂਕ ਦੇਖ ਕੇ ਬਹੁਤ ਵਧੀਆ ਲੱਗਾ ਜੀ ਤੇ ਬਾਕੀ ਜਿਹੜਾ ਬਿਤਾਬ ਆ ਤੇ ਜਿਹੜੇ ਆਪਣੇ ਦੇਖਣ ਵਾਲੇ ਦਰਸ਼ਕ ਆ ਘੋੜਿਆਂ ਦੇ ਸ਼ੌਕੀਨ ਆ ਉਹਨਾਂ ਲਈ ਤਾਂ ਇੱਕ ਇਹ ਕ੍ਰਿਸ਼ਮਾ ਹੀ ਹੋਊਗਾ ਕਿ ਇੱਡੀ ਵਧੀਆ ਹਾਈਟ ਤੇ ਇੰਨਾ ਸੋਹਣਾ ਘੋੜਾ ਹੈਗਾ ਵਾ ਜੀ ਤੇ ਬਾਕੀ ਜ਼ਿਆਦਾ ਨੌਲੇਜ ਮੈਨੂੰ ਨਹੀਂ ਕਿਉਂਕਿ ਮੈਂ ਤਾਂ ਅਜੇ ਨਵਾਂ ਸ਼ੁਰੂ ਕੀਤਾ ਵਾ ਘੋੜਿਆਂ ਦਾ ਤੇ ਬਾਕੀ ਤੁਸੀਂ ਹੌਲੀ 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 ਹੰਡ ਜੋਗੇ ਨਾ ਜੀ ਹਾਂਜੀ ਇਸ ਲਾਈਨ 'ਚ ਚੱਲੋ ਜੀ ਤੁਸੀਂ ਹਾਂਜੀ ਬਿਲਕੁਲ ਜੀ ਤੇ ਬਾਕੀ ਆਪਣੇ ਜਿਹੜੇ ਸ਼ੌਕੀਨ ਵੀਰ ਹੈਗੇ ਆ ਨੁਕਰਿਆਂ ਦੇ ਉਹ ਜ਼ਰੂਰ ਦੱਸਣਗੇ ਆਪਾਂ ਨੂੰ ਕਿ ਇਸ ਬੇਤਾਬ ਬਾਰੇ ਵੀ ਕੀ ਇਹਦੇ ਵਿੱਚ ਗੁਣ ਹੈਗੇ ਆ ਹਨਾ ਜੀ ਹਾਂਜੀ ਬਾਈ ਬਾਕੀ ਲੋਕਾਂ ਨੂੰ ਜ਼ਿਆਦਾ ਪਤਾ ਹੁੰਦਾ ਜੀ ਆਪਣੇ ਬਿਲਕੁਲ ਜੀ ਹਰੇਕ ਬੰਦੇ ਨੂੰ ਆਪਦਾ ਪਸ਼ੂ ਚੰਗਾ ਲੱਗਦਾ ਹੁੰਦਾ ਦੱਸਦੇ ਤਾਂ ਲੋਕ ਹੁੰਦੇ ਆ ਲੋਕ ਦੱਸਦੇ ਬਿਲਕੁਲ ਜੀ ਉਹ ਤਾਂ ਜਦੋਂ ਆਪਾਂ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਦਿੰਨੇ ਆ ਉਸ ਤੋਂ ਬਾਅਦ ਹੀ ਪਤਾ ਲੱਗਦਾ ਕਿ ਉਹ ਵੀਡੀਓ ਆਪਣੇ ਤਾਂ ਹਰੇਕ ਨੂੰ ਚੰਗਾ ਹੁੰਦਾ ਨਾ ਜਾਨਵਰ ਆਪਣਾ ਕਿੰਨਾ ਖਰਾ ਉਤਰਦਾ ਵਾ ਇਹ ਲੋਕਾਂ ਨੂੰ ਪਤਾ ਹੈਗਾ ਹਨਾ ਜੀ ਤੇ ਬਾਕੀ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜੀ ਤੁਸੀਂ ਟਾਈਮ ਦਿੱਤਾ ਥੈਂਕ ਯੂ ਸਰ ਥੈਂਕ ਯੂ ਤੁਹਾਡਾ ਆਉਣ ਦਾ ਧੰਨਵਾਦ ਵੀਰ ਹਾਂਜੀ ਬਾਈ ਬਾਈ ਸੁਖਦੀਪ ਮਿਸਟਰ ਸੁਖਦੀਪ ਆਪਣਾ ਚੈਨਲ ਆ YouTube ਤੇ ਹਾਂਜੀ ਬਾਈ ਧੰਨਵਾਦ ਜੀ ਜਿਹੜਾ ਤੁਸੀਂ ਸਾਡੇ ਲਈ ਇੰਨਾ ਟਾਈਮ ਕੱਢਿਆ ਮਿਹਰਬਾਨੀ ਵੀਰ ਨਹੀਂ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਤੇ ਬਾਕੀ ਅੱਜ ਫਾਦਰ ਸਾਹਿਬ ਹੈਣਗੇ ਆਪਾਂ ਫਿਰ ਕਿਸ ਦਿਨ ਮਿਲਾਂਗੇ ਜ਼ਰੂਰ ਮਿਲਾਂਗੇ ਜੀ ਹਾਂਜੀ ਓਕੇ ਬਰੋ ਤੇ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਿਤਾਬ ਦਾ ਜੇ ਤੁਸੀਂ ਕੰਟੈਕਟ ਨੰਬਰ ਜਿਹੜਾ ਹੈਗਾ ਉਹ ਆਪਣੇ ਸਕਰੀਨ ਦੇ ਉੱਪਰ ਹੈਗਾ ਹੀ ਆ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਨਾਲ ਕੰਟੈਕਟ ਕਰਨਾ